ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਥਾਨਾਂ ਦੇ ਦਰਸ਼ਨਾਂ ਨੂੰ ਜਾਣ ਵਾਲੀਆਂ ਸੰਗਤਾਂ ਨੂੰ ਸਹੂਲਤ ਲਈ ਸੜਕਾਂ ਤੇ ਰੇਲ ਦੇ ਨਵੀਨੀਕਰਨ ਲਈ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਪਾਰਲੀਮੈਂਟ ਵਿੱਚ ਮੰਗ ਰੱਖੀ ਹੈ। ਗੁਰੂ ਨਾਨਕ ਦੇਵ ਜੀ ਜਿਹੜਾ ਕੋਰੀਡੋਰ ਕੇਂਦਰ ਸਰਕਾਰ ਨੂੰ ਖੋਲਣ ਦਾ ਫੰਡ ਬਣਾਇਆ ਆ, ਜਿਹੜਾ ਕੇਂਦਰ ਸਰਕਾਰ ਉਹਦੇ ਵਾਸਤੇ ਕੀ ਕਿਵੇਂ ਦਾ ਇਨਫਰਾਸਟ੍ਰਕਚਰ ਲੈ ਕੇ ਆ ਰਹੀ ਆ, ਉਹ ਨੈਸ਼ਨਲ ਹਾਈਵੇ ਅਥਾਰਟੀ ਦੱਸੇ ਇਹਦਾ ਪਲੈਨਿੰਗ ਕੀ ਆ, ਕੀ ਇਹ ਜਿਹੜੀ ਪਲੈਨਿੰਗ ਆ ਗੁਰੂ ਨਾਨਕ ਦੇਵ ਜੀ ਜਿਹੜੇ ਅਖੀਰਲੇ ਸਮਾਂ ਕਰਤਾਰਪੁਰ ਸਾਹਿਬ 18 ਸਾਲ ਰਹੇ ਆ, ਕੀ ਉਹਨਾਂ ਦੇ ਸਿਧਾਂਤਾਂ ਨੂੰ ਮੰਨਣ ਵਾਲੀ ਸੰਗਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹਦੀ ਪਲੈਨਿੰਗ ਕੀਤੀ ਜਾ ਰਹੀ ਨੈਸ਼ਨਲ ਹਾਈਵੇ ਅਥਾਰਟੀ। ਔਰ ਕਿਆ ਨੈਸ਼ਨਲ ਹਾਈਵੇ ਅਥਾਰਟੀ ਨੇ ਇਹ ਸੋਚਿਆ ਕਿ ਉੱਥੇ ਤਕਰੀਬਨ 1,25,000 ਟੂਰਿਸਟ ਜਿਹੜਾ ਆ ਦਰਬਾਰ ਸਾਹਿਬ ਆਉਂਦਾ ਆ, ਇੰਨਾ ਹੀ ਟੂਰਿਸਟ ਜਿਹੜਾ ਆ ਉੱਥੇ ਆਉਣਾ ਆ, ਉਹਨਾਂ ਵਾਸਤੇ ਸਟੇਟ ਹਾਈਵੇ 25 ਜਿਹੜਾ ਆ ਉਹਨੂੰ ਨੈਸ਼ਨਲ ਹਾਈਵੇ ਬਣਾਇਆ ਜਾਏ, ਔਰ ਨੈਸ਼ਨਲ ਹਾਈਵੇ ਜਿਹੜਾ ਆ ਉਹ ਸਿਗਨਲ ਫ੍ਰੀ ਹੋਣਾ ਚਾਹੀਦਾ ਆ, ਉਹਦੀ ਕੋਈ ਕ੍ਰੋਸਿੰਗ ਨਾ ਹੋਵੇ। ਔਰ ਇਹਦੇ ਧਿਆਨ 'ਚ ਰੱਖਦੇ ਹੋਏ ਮੈਂ ਮੰਤਰੀ ਸਾਹਿਬ ਤੋਂ ਜਵਾਬ ਮੰਗਦਾ ਹਾਂ। माननीय अध्यक्ष महोदय, मुझे आपके माध्यम से माननीय सदस्य को बताते हुए खुशी हो रही है कि गुरु नानक देव जी की 550वीं बर्थ एनिवर्सरी के अवसर पर जब करतारपुर साहिब गुरुद्वारा दरबार साहिब जाना, वहाँ दर्शन करना हर कोई सिख समुदाय और गुरु नानक देव जी के प्रति श्रद्धा रखने वाले लोगों को बड़ा आस्था का विषय होता है। और इस अवसर पर प्रधानमंत्री नरेंद्र भाई मोदी जी ने एक महत्वपूर्ण निर्णय 22 नवंबर को लिया और करतारपुर डेरा बाबा नानक से करतारपुर तक एक कॉरिडोर बनाने के लिए एक महत्वपूर्ण डिसीजन लेते हुए उसका फाउंडेशन स्टोन भी 26 नवंबर 2018 को हो गया है। और सम्मानीय उपराष्ट्रपति जी के कर कमलों से उसका फाउंडेशन स्टोन होने के बाद तुरंत ही ਮੇਰੀ ਮਿਨਿਸਟਰੀ ਨੇ ਉਸਕੇ ਪਰ ਕੰਮ ਸ਼ੁਰੂ ਕਰ ਦਿਆ ਹੈ। ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਅੱਜ ਜਿਹੜਾ ਪਾਰਲੀਮੈਂਟ ਦੇ ਵਿੱਚ ਕੁਐਸਚਨ ਲੱਗਾ ਸੀ ਕਰਤਾਰਪੁਰ ਸਾਹਿਬ ਕੋਰੀਡੋਰ ਨੂੰ ਲੈ ਕੇ, ਉਹਦੇ 'ਚ ਦੂਜੇ ਸਪਲੀਮੈਂਟਰੀ ਤੋਂ ਬਾਅਦ ਹਾਊਸ 2 ਵਾਰੀ ਅਡਜਰਨ ਹੋ ਗਿਆ, ਪੂਰੀ ਉਹ ਗੱਲ ਹੋ ਨਹੀਂ ਸਕੀ। ਉਹ ਮੈਂ ਸੈਕਟਰੀ ਜਨਰਲ ਨੂੰ ਲਿਖਤੀ ਤੌਰ 'ਤੇ ਦੇ ਦਿੱਤੀ ਹੈ। ਉਹਦੇ ਵਿੱਚ ਇਹੀ ਸੀਗਾ ਜਿਹੜਾ ਕੋਰੀਡੋਰ ਤੋਂ ਇਹ 8 ਕਿਲੋਮੀਟਰ ਦੀ ਗੱਲ ਕਰਦੇ, ਮੈਂ ਇਹਨਾਂ ਨੂੰ ਇਹੀ ਪੁੱਛਿਆ ਕਿ ਇੱਕ ਜਿਹੜਾ ਲੋਕ ਉੱਥੇ ਆਉਣੇ ਇਹਨਾਂ ਨੂੰ ਜਿਹੜਾ ਪਬਲਿਕ ਟਰਾਂਸਪੋਰਟੇਸ਼ਨ ਹੋਊਗੀ ਉਹ ਕਿਵੇਂ ਹੋਏਗੀ, ਕਿਉਂਕਿ ਅੰਮ੍ਰਿਤਸਰ ਦੀ ਆਲਰੇਡੀ ਜਿਹੜੀ ਟ੍ਰੈਫਿਕ ਹੈ ਬਹੁਤ ਜ਼ਿਆਦਾ ਹੈ ਔਰ ਲੋਕਾਂ ਲਈ ਉੱਥੇ ਤੱਕ ਪਹੁੰਚਣਾ ਮੁਸ਼ਕਿਲ ਹੋਏਗਾ, ਜੈਮ ਲੱਗਣਗੇ ਸੜਕਾਂ ਦੇ ਉੱਤੇ। ਔਰ ਉਹਦੇ ਵਾਸਤੇ ਇਹਨਾਂ ਕੋਲੋਂ ਮੈਂ ਮੰਗ ਕੀਤੀ ਕਿ ਏਅਰਪੋਰਟ ਤੱਕ ਜਿਹੜਾ ਰੋਡ ਹੈ ਉਹ ਐਲੀਵੇਟਡ ਬਣਾਇਆ ਜਾਵੇ ਅੰਮ੍ਰਿਤਸਰ ਇੰਟਰਨੈਸ਼ਨਲ ਤੱਕ ਬੱਸ ਸਟੈਂਡ ਤੋਂ ਲੈ ਕੇ, ਅਤੇ ਬੱਸ ਸਟੈਂਡ ਤੋਂ ਰੇਲ ਜਿਹੜੇ ਰੋਡ ਆਉਂਦੀ ਜਿਹੜੀ ਅਜਨਾਲਾ ਰੋਡ NH-25 ਹੈ ਇਹਨੂੰ ਫ੍ਰੀਵੇ ਬਣਾਇਆ ਜਾਵੇ ਡੇਰਾ ਬਾਬਾ ਨਾਨਕ ਤੱਕ ਵਾਇਆ ਅਜਨਾਲਾ ਰਮਦਾਸ ਤੋਂ ਲੈ ਕੇ ਡੇਰਾ ਬਾਬਾ ਨਾਨਕ, ਤਾਂ ਕਿ ਲੋਕ ਆਸਾਨੀ ਨਾਲ ਆ ਜਾ ਸਕਣ। ਉਹਦੇ ਨਾਲ ਜਿਹੜੀ ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਡੇਰਾ ਬਾਬਾ ਨਾਨਕ ਰੋਡ ਹੈ ਉਹਨੂੰ ਵੀ ਫ੍ਰੀ ਵੇ ਬਣਾਇਆ ਜਾਵੇ ਤਾਂ ਕਿ ਲੋਕਾਂ ਦੀ ਮੂਵਮੈਂਟ ਸੌਖੀ ਹੋ ਜਾਵੇ। ਮੇਰਾ ਮੰਨਣਾ ਹੈ ਕਿ 1,25,000 ਤੋਂ ਲੈ ਕੇ 1.5 ਲੱਖ ਤੱਕ ਟੂਰਿਸਟ ਜਿਹੜਾ ਅੰਮ੍ਰਿਤਸਰ ਡੇਲੀ ਆ ਰਿਹਾ ਹੈ, ਔਰ ਜੇ ਗੁਰੂ ਸਾਹਿਬ ਦੇ ਦਰਸ਼ਨਾਂ ਦੇ ਰਾਹ ਉੱਥੇ ਖੁੱਲ੍ਹਦੇ ਨੇ ਕਰਤਾਰਪੁਰ ਸਾਹਿਬ, ਕਿਉਂਕਿ ਜਿਹੜੇ ਦੋਵੇਂ ਅਸਥਾਨ ਨੇ ਗੁਰੂ ਨਾਨਕ ਦੇਵ ਜੀ ਦੇ, ਨਨਕਾਣਾ ਸਾਹਿਬ ਵੀ ਪਾਕਿਸਤਾਨ 'ਚ ਹੈ, ਕਰਤਾਰਪੁਰ ਸਾਹਿਬ ਵੀ ਪਾਕਿਸਤਾਨ 'ਚ ਹੈ, ਔਰ ਉਹਦੇ ਦਰਸ਼ਨ ਦਿਦਾਰੇ ਵਾਸਤੇ ਸਾਰਾ ਹਿੰਦੁਸਤਾਨ ਹੀ ਬੈਠਾ ਆ ਗੁਰੂ ਸਾਹਿਬਾਨ ਦੇ ਗੁਰੂ ਘਰ ਜਾਣ ਵਾਸਤੇ, ਅਤੇ ਉੱਥੇ ਹੋਰ ਵੀ ਜ਼ਿਆਦਾ 1,25,000 ਤੋਂ ਵੀ ਜ਼ਿਆਦਾ ਲੋਕ ਦੇ ਆਉਣ ਦੀ ਸੰਭਾਵਨਾ ਪ੍ਰਤੀ ਦਿਨ ਹੋਏਗੀ। ਉਹਨਾਂ ਦਾ ਰੱਖ ਰਖਾਵ ਕਿਵੇਂ ਕਰਨਾ ਆ, ਉੱਥੇ ਕੁਛ ਲੋਕ ਰਹਿਣਾ ਵੀ ਚਾਹੁੰਣਗੇ, ਮੇਰੀ ਇਹੀ ਮੰਗ ਸੀ ਉੱਥੇ ਇੱਕ ਚੰਗਾ ਜਿਹੜਾ ਸ਼ਹਿਰ ਹੈ ਡੇਰਾ ਬਾਬਾ ਨਾਨਕ ਉਹਨੂੰ ਵਸਾਇਆ ਜਾਵੇ, ਔਰ ਉਹਦੇ ਵਾਸਤੇ ਸਰਕਾਰ ਅੰਤਰਰਾਸ਼ਟਰੀ ਪੱਧਰ ਦੀ ਪਲੈਨਿੰਗ ਕਰੇ, ਉਹਦੇ ਵਿੱਚ ਬੱਸ ਟਰਮੀਨਲ ਚੰਗੇ ਬਣੇ ਹੋਣ, ਉਹਦਾ ਜਿਹੜਾ ਰੇਲਵੇ ਸਟੇਸ਼ਨ ਹੈ ਉਹਦਾ ਨਵੀਨੀਕਰਨ ਕੀਤਾ ਜਾਵੇ, ਰਮਦਾਸ ਦਾ ਰੇਲਵੇ ਸਟੇਸ਼ਨ ਹੈ ਉਹਦਾ ਨਵੀਨੀਕਰਨ ਕੀਤਾ ਜਾਵੇ, ਸੜਕਾਂ ਦੇ ਜਿੰਨੀਆਂ ਵੀ ਸੜਕਾਂ ਆਉਂਦੀਆਂ ਚਾਹੇ ਗੁਰਦਾਸਪੁਰ ਤੋਂ ਉੱਥੇ ਆਉਂਦੀ ਹੈ, ਚਾਹੇ ਬਿਆਸ ਤੋਂ ਵਾਇਆ ਮਹਿਤਾ ਬਟਾਲਾ ਉੱਥੇ ਸੜਕ ਆਉਂਦੀ ਹੈ, ਇਹਨਾਂ ਸਾਰਿਆਂ ਨੂੰ ਫ੍ਰੀਵੇ 4 ਲੇਨ ਜਿਹੜੇ ਆ ਉਹ ਸਰਕਾਰ ਬਣਾਵੇ, ਅਤੇ ਇਹ ਨੈਸ਼ਨਲ ਹਾਈਵੇ ਡਿਕਲੇਅਰ ਕਰਕੇ ਸਰਕਾਰ ਇਹਨਾਂ ਦੀ ਜਿਹੜੀ ਮੇਨਟੇਨੈਂਸ ਆ ਉਹ ਆਪਣੇ ਕੋਲ ਕੇਂਦਰ ਸਰਕਾਰ ਲਵੇ। ਇਹ ਮੇਰਾ ਅੱਜ ਇੱਕ ਸਵਾਲ ਸੀ, ਪਰ ਸਪਲੀਮੈਂਟਰੀ ਰਹਿ ਗਿਆ, ਪਰ ਮੈਂ ਲਿਖਤੀ ਤੌਰ 'ਤੇ ਉਹਨਾਂ ਨੇ ਸਰਕਾਰ ਨੂੰ ਭੇਜਿਆ ਆ, ਹੁਣ ਹੋ ਸਕਦਾ ਜਵਾਬ ਜਿਹੜਾ ਦੇਣਗੇ ਉਹਦੇ 'ਤੇ ਫਿਰ ਅੱਗੇ ਅਸੀਂ ਕਾਰਵਾਈ ਜਿਹੜੀ ਆ ਉਹ ਕਰਾਂਗੇ। ਔਰ ਮੇਰਾ ਮੰਨਣਾ ਹੈ ਕਿ ਜੇ ਮੈਟਰੋ ਮਿਲ ਜੇ ਸਾਨੂੰ, ਨੈਸ਼ਨਲ ਹਾਈਵੇ ਬਣ ਜਾਣ, ਉੱਥੇ ਪੂਰਾ ਪ੍ਰਬੰਧ ਹੋ ਜੇ, ਜਿਹੜੀ ਸਿੱਖ ਸੰਗਤ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਗੁਰੂ ਸਾਹਿਬਾਨ ਦੇ ਨਾਲ ਪਿਆਰ ਕਰਦੇ ਆ ਧਰਮਾਂ ਦੇ ਉੱਪਰ ਉੱਠ ਕੇ, ਉਹ ਸਾਰੇ ਲੋਕ ਬੜੇ ਆਸਾਨ ਤਰੀਕੇ ਦੇ ਨਾਲ ਕਰਤਾਰਪੁਰ ਸਾਹਿਬ ਜਿਹੜਾ ਆ ਜਾ ਸਕਣਗੇ।